ਲੰਮੀ ਪਾਰਟੀ ਨਾਲੋਂ ਨਾਤਾ ਤੋੜ ਚੁੱਕੇ ਸੁਖਪਾਲ ਸਿੰਘ ਖਹਿਰਾ ਤੇ ਆਪ ਫਿਰ ਤੋਂ ਇੱਕ ਹੋ ਸਕਦੇ ਨੇ। ਇਸ ਗੱਲ ਦਾ ਇਸ਼ਾਰਾ ਸੁਖਪਾਲ ਸਿੰਘ ਖਹਿਰਾ ਨੇ ਟਕਸਾਲੀ ਆਗੂਆਂ ਦੇ ਨਾਲ ਮੁਲਾਕਾਤ ਹੋਣ ਤੋਂ ਬਾਅਦ ਦਿੱਤਾ ਹੈ। ਹਾਲਾਂਕਿ ਖਹਿਰਾ ਆਪ 'ਚ ਸ਼ਾਮਿਲ ਨਹੀਂ ਹੋਣਗੇ, ਸਗੋਂ ਪੰਜਾਬ ਦੇ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਾਂਗਰਸ ਤੇ ਅਕਾਲੀ ਭਾਜਪਾ ਖਿਲਾਫ ਆਪ ਨੂੰ ਮਹਾਂਗਠਜੋੜ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਵੀ ਸੁਖਪਾਲ ਖਹਿਰਾ ਦੀ ਪੇਸ਼ਕਸ਼ ਨਾਲ ਸਹਿਮਤ ਨੇ ਤੇ ਸੰਭਵ ਹੈ ਕਿ ਆਉਣ ਵਾਲੇ ਦਿਨਾਂ 'ਚ ਖਹਿਰਾ ਤੇ ਆਪ ਨੂੰ ਮਿਲਾਉਣ 'ਚ ਵਿਚੋਲੇ ਦੀ ਭੂਮਿਕਾ ਨਿਭਾਉਣਗੇ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਆਪ ਦੇ ਭਗਵੰਤ ਮਾਨ ਨੇ ਵੀ ਟਕਸਾਲੀ ਆਗੂਆਂ ਨਾਲ ਮੀਟਿੰਗ ਕੀਤੀ ਸੀ ਤੇ ਅੱਜ ਸੁਖਪਾਲ ਖਹਿਰਾ ਬ੍ਰਹਮਪੁਰਾ ਨੂੰ ਮਿਲਣ ਪਹੁੰਚੇ। ਇਹ ਮੁਲਾਕਾਤ ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਸਿਆਸਤ ਦੀ ਨਵੀਂ ਤਸਵੀਰ ਪੇਸ਼ ਕਰ ਸਕਦੀ ਨੇ। ਕੋਈ ਗੱਲ ਨਹੀਂ, ਦੇਖੋ ਗੱਲ ਇਹ ਆ ਕਿ ਰਾਜਨੀਤੀ ਦੇ ਵਿੱਚ ਗੱਲਬਾਤ ਕਰਨਾ ਕਿਸੇ ਨਾਲ ਵੀ ਕੋਈ ਗੁਨਾਹ ਤੇ ਕੋਈ ਮਨਾਹੀ ਨਹੀਂ ਗੀ, ਬਲਕਿ ਮੈਂ ਅੰਦਰ ਬੈਠੇ ਬ੍ਰਹਮਪੁਰਾ ਸਾਹਿਬ ਨੂੰ ਇਹ ਕਿਹਾ ਸੀਗਾ ਕਿ ਅਗਰ ਸਾਰੇ ਸਹਿਮਤ ਹੋਣਗੇ ਤਾਂ ਅਗਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਂਗਰਸ ਨਾਲ ਸਮਝੌਤਾ ਨਹੀਂ ਕਰ ਰਹੀ ਦਿੱਲੀ ਵਿੱਚ ਜਾਂ ਪੰਜਾਬ ਦੇ ਵਿੱਚ, ਤੇ ਉਹ ਕਹਿਣ ਕਿ ਹਾਂ ਅਸੀਂ ਐਂਟੀ ਕਾਂਗਰਸ ਤੇ ਐਂਟੀ ਬਾਦਲ ਦਲ ਇਲੈਕਸ਼ਨ 'ਚ ਪਾਰਟੀਸਪੇਟ ਕਰਨ, ਅਸੀਂ ਉਹਨਾਂ ਨੂੰ ਵੀ ਕਹਾਂਗੇ ਕਿ ਆ ਜਾਣ, ਠੀਕ ਆ ਸਾਡੇ ਨਾਲ ਉਹਨਾਂ ਦਾ ਤੋੜ ਵਿਛੋੜਾ ਹੋਇਆ ਵਾ, ਪਰ ਅਲਟੀਮੇਟਲੀ ਏਮ ਕੀ ਆ? ਅਲਟੀਮੇਟਲੀ ਏਮ ਹੈ ਕਿ ਸਟੇਟ ਨੂੰ ਬਚਾਉਣਾ ਕਿੱਦਾਂ, ਪੰਜਾਬ ਦੇ ਇਸ਼ੂਜ਼ ਨੂੰ ਕਿਸ ਤਰ੍ਹਾਂ ਅਸੀਂ ਇਹਨਾਂ ਦੀ ਚੁੰਗਲ 'ਚੋਂ, ਅਸੀਂ ਇਹ ਜਿਹੜੇ ਮੈਂ ਤੁਹਾਨੂੰ ਇਸ਼ੂਜ਼ ਗਣਾਏ ਨੇ ਉਹਨਾਂ ਬਹੁਤ ਹੋਰ ਇਸ਼ੂਜ਼ ਨੇ, ਅਸੀਂ ਪੰਜਾਬ, ਆਵਰ ਏਮ ਇਜ਼ ਪੰਜਾਬ, ਆਵਰ ਏਮ ਇਜ਼ ਨੋਟ ਕਿ ਕੌਣ ਕਿਹਦੀ ਈਗੋ ਹੋਮੇ ਕਿਹਦੀ ਕਿਹਦੇ ਨਾਲ ਹੈਗੀ, ਨਥਿੰਗ ਡੂਇੰਗ ਐਟ ਆਲ। ਤਾਂ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਾ ਵਾਂ ਔਰ ਮੈਂ ਹੁਣ ਬ੍ਰਹਮਪੁਰਾ ਸਾਹਿਬ ਨੂੰ ਕਹੂੰਗਾ ਸਗੋਂ ਕਿ ਕਿਉਂਕਿ ਉਹਨਾਂ ਦੇ ਕੋਲ ਮਿਲ ਕੇ ਗਏ ਸੀਗੇ ਕਿ ਅਗਰ ਉਹਨਾਂ ਨੇ ਇਕੱਲਿਆਂ ਨੇ ਇਲੈਕਸ਼ਨ ਲੜਨੀ, ਇਕੱਲੇ ਲੜਨ ਨਾਲੋਂ ਓਪੋਜੀਸ਼ਨ ਦੀ ਵੋਟ ਡਿਵਾਈਡ ਕਰਨ ਨਾਲੋਂ ਉਹ ਵੀ ਸਾਡੇ ਗੱਠਜੋੜ ਵਿੱਚ। ਅੰਮ੍ਰਿਤਸਰ ਤੋਂ ਕੈਮਰਾਮੈਨ ਰਾਜੇਸ਼ ਸ਼ਰਮਾ ਦੇ ਨਾਲ ਹਨੀ ਮਹਿਰਾ, ਜੀਵੀ ਪੰਜਾਬ ਟੀਵੀ।